ਦੇ ਪੁਆਇੰਟ ਹੈ 7 ਤੇ ਬਿੱਲੇ ਦੇ ਪੁਆਇੰਟ ਹੈ 10.5। ਬਿੱਲੇ ਦੀ ਟੀਮ ਜੇਤੂ ਰਹੀ ਹੈ, ਪ੍ਰਬੰਧਕ ਨੋਟ ਕਰ ਲੈਣ ਵੀ ਬਿੱਲੇ ਦੀ ਟੀਮ ਜੇਤੂ ਰਹੀ ਹੈ ਕਿ ਨਹਿਰ ਦੇ ਕਿਨਾਰੇ ਜਿਹਨੂੰ ਬਿੱਲਾ ਪਿੰਡ ਕਹਿੰਦੇ ਨੇ, ਸਿਰਾਂ ਵੱਟੇ ਮੁੱਲ ਜਿੱਥੇ ਯਾਰੀਆਂ ਦੇ ਪੈਂਦੇ ਨੇ ਕਿ ਨਹਿਰ ਦੇ ਕਿਨਾਰੇ ਜਿਹਨੂੰ ਬਿੱਲਾ ਪਿੰਡ ਕਹਿੰਦੇ ਨੇ। ਮੇਰੀ ਬੇਨਤੀ ਆ ਵੀ ਟੀਮਾਂ ਅਚਰਵਾਲ ਦੀ ਟੀਮ ਕਿਉਂ ਨਹੀਂ ਆ ਰਹੀ? ਅਚਰਵਾਲ ਤੇ ਡਾਲਾ ਦੋਨੋਂ ਟੀਮਾਂ ਜਲਦੀ ਖੇਡ ਮੈਦਾਨ ਦੇ ਵਿੱਚ ਪੁੱਜਣਗੀਆਂ। ਕੁਲਦੀਪ ਦਿਓਲ ਜੀ ਸਾਡੇ ਬਹੁਤ ਪਿਆਰੇ ਵੀਰਮ ਹੈ, ਸੁਖਦੀਪ ਕੈਲੇ ਜੀ ਸਰਪ੍ਰਸਤ ਨੇ ਕਲੱਬ ਦੇ। ਸੋ ਸਾਡੇ ਵੀਰਾਂ ਵੱਲੋਂ ਜਿੰਨੀਆਂ ਵੀ ਰੱਬ ਰੂਪੀ ਸੰਗਤਾਂ ਪੁੱਜੀਆਂ, ਦਰਸ਼ਕ ਵੀਰ ਪੁੱਜੇ ਨੇ ਦੂਰ ਦਰਹਾਡਿਆਂ ਤੋਂ, ਸਾਰੇ ਦਰਸ਼ਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ। ਤੁਹਾਡਾ ਕੱਲਾ ਕੱਲਾ ਕਦਮ ਚੱਲਿਆ ਸਾਡੇ ਸਿਰ ਮੱਥੇ ਤੇ ਹੈ, ਇੱਕ ਵਾਰੀ ਫਿਰ ਤੋਂ ਧੰਨਵਾਦ ਦਰਸ਼ਕ ਵੀਰਾਂ ਦਾ। ਔਰ ਦੋਨੋਂ ਟੀਮਾਂ ਅਚਰਵਾਲ ਤੇ ਡਾਲਾ ਦੋਨੋਂ ਟੀਮਾਂ ਜਲਦੀ ਖੇਡ ਗਰਾਊਂਡ ਦੇ ਵਿੱਚ ਪੁੱਜਣਗੀਆਂ, ਕਿਉਂਕਿ ਫਾਈਨਲ ਦੇ ਵਿੱਚ ਜਿਹੜੇ ਮੋਟਰਸਾਈਕਲ ਦਿੱਤੇ ਜਾਣਗੇ, ਦੇਖਾਂਗੇ ਵੀ ਕਿਹੜੇ ਭਾਗਾਂ ਵਾਲੇ ਦੋ ਖਿਡਾਰੀ ਹੈ ਕਿ ਚਰਚਾ ਪਿੰਡ ਪਿੰਡ ਵਿੱਚ ਹੋਣ ਲੱਗੀ, ਕਿਹੜੇ ਖਿਡਾਰੀ ਕਮਾਲ ਕਰਨਗੇ ਜੀ। ਬੈਸਟ ਰੇਡਰ ਤੇ ਬੈਸਟ ਜਾਫੀ ਦੇ ਖਿਤਾਬ ਜਿਹੜੇ, ਕਿਹੜੇ ਬਲੀ ਮਾਮਾ ਤੇ ਪੁੱਤਰ ਖੰਡਗੇ ਜੀ। ਰੇਡਾ ਸਭ ਤੋਂ ਵੱਧ ਭਲਾ ਪਾ ਕੇ ਨੰਬਰ ਕੌਣ ਲੈਂਦਾ ਤੇ ਕਿਹਦੇ ਪੈਰ ਹਵਾ ਮੱਚ ਤਰਨਗੇ ਜੀ, ਤੇ ਜੱਫੇ ਸਭ ਤੋਂ ਵੱਧ ਭਲਾ ਕੌਣ ਲਾਉਂਦਾ ਤੇ ਕਿਹਦੇ ਹੱਥ ਰੇਡਰਾਂ ਨੂੰ ਫੜਨਗੇ ਜੀ। ਆਓ ਸੁੰਦਰ ਮੋਟਰਸਾਈਕਲਾਂ ਉੱਤੇ ਚੌਹਾਨ ਯਾਰਾ, ਕਿਹੜੇ ਗੱਭਰੂ ਮੁੰਡੇ ਚੜਨਗੇ ਜੀ ਤੇ ਕਿਹੜੇ ਗੱਭਰੂ ਮੁੰਡੇ ਚੜਨਗੇ ਜੀ, ਕਿਹੜੇ ਦੋ ਭਾਗਾਂ ਵਾਲੇ ਖਿਡਾਰੀ ਹੋਣਗੇ। ਅਚਰਵਾਲਾ ਤੇ ਡਾਲਾ ਦੋਨੋਂ ਟੀਮਾਂ ਮੈਦਾਨ ਦੇ ਵਿੱਚ ਪੁੱਜਣਗੀਆਂ ਤੇ ਦੂਜਾ ਮੈਚ ਜਨੇਤਪੁਰਾ ਦੇ ਮਾਲਕ ਦਾ ਹੋਵੇਗਾ। ਉੱਧਰ ਹੱਥਾਂ ਗਿੱਦੜਬਿੱਡੀ ਵਾਲਾ ਜੋਤੀ ਫਤਿਹਗੜ੍ਹ, ਬਿੰਦੂ ਰੂਮੀ, ਵਿੱਕੀ ਸ਼ੇਖ ਦੌਲਤ ਵਾਲਾ, ਮੰਨਾ ਰਸ਼ੀਦ, ਉਹਨਾਂ ਪੰਜਾਂ ਵੀਰਾਂ ਨੂੰ ਮੇਰੀ ਬੇਨਤੀ ਹੈ ਸਟੇਜ ਦੇ ਲਾਗੇ ਆ ਕੇ ਆਪਣੇ ਸਨਮਾਨ ਪ੍ਰਾਪਤ ਕਰ ਲੈਣ, ਉਹਨਾਂ ਵੀਰਾਂ ਨੂੰ ਮੇਰੀ ਬੇਨਤੀ ਹੈ। ਅਚਰਵਾਲ ਦੇ ਡਾਲਾ ਕਿਉਂ ਨਹੀਂ ਆ ਰਹੇ? ਇੱਧਰ ਸਾਡੇ ਕੈਲੇ ਸਾਹਿਬ ਕਹਿ ਰਹੇ ਵੀ ਦੋ ਓਵਰਾਂ ਦਾ ਮਤਲਬ ਆ ਵੀ 2 ਮਿੰਟ ਉਹਨਾਂ ਨੂੰ ਦੇ ਦਿਓ ਤੇ ਨਹੀਂ ਦੋਨੇ ਟੀਮਾਂ ਸਕ੍ਰੈਚ ਹੋਣਗੀਆਂ। ਅਚਰਵਾਲ ਤੇ ਡਾਲਾ ਬਹੁਤ ਬਹੁਤ ਧੰਨਵਾਦ ਹੈ ਸਮੁੱਚੀ ਸੰਤ ਰਾਮ ਜੀ ਨੌਜਵਾਨ ਸਭਾ ਦਾ। ਬਹੁਤ ਪਿਆਰੀ ਸਾਊਂਡ, ਗੱਬਰ ਸਾਊਂਡ ਹੈ, ਥੋੜੀ ਜਿਹੀ ਵਿਸਲ ਦੇ ਰਿਹਾ, ਉਹ ਥੋੜੀ ਜਿਹੀ ਬੰਦ ਕਰ ਦਿਓ। ਬਹੁਤ ਪਿਆਰੀ ਸਾਊਂਡ ਹੈ, ਹਰ ਖੇਡ ਮੇਲੇ ਦਾ ਸ਼ਿੰਗਾਰ ਹੈ। ਸੱਚੇ ਪਾਤਸ਼ਾਹ ਵਾਹਿਗੁਰੂ ਇਸ ਸਾਊਂਡ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ। ਅਸੀਂ ਕਾਫੀ ਵਾਰ ਬਾਜਾ ਮਾਰ ਰਹੇ ਹਾਂ, ਬਾਜਾ ਮਾਰੀਆਂ ਬੁਲਾਇਆ, ਕਈ ਵਾਰ ਮੈਂ ਕਿਸੇ ਨੇ ਮੇਰੀ ਗੱਲ ਨਾ ਸੁਣੀ। ਡਾਲਾ ਤੇ ਅਚਰਵਾਲ ਮੰਨਾ ਰਸ਼ੀਦ ਵਾਲਾ ਸਟੇਜ ਦੇ ਲਾਗੇ ਪੁੱਜੇਗਾ, ਜੋਤੀ ਫਤਿਹਗੜ੍ਹ ਵਾਲਾ ਉਹ ਮੇਰਾ ਵੀਰ। ਡਾਲਾ ਤੇ ਅਚਰਵਾਲ ਕਿਉਂ ਨਹੀਂ ਆ ਰਹੇ? ਡਾਲਾ ਤੇ ਅਚਰਵਾਲ ਕਿਉਂ ਨਹੀਂ ਆ ਰਹੇ ਗਰਾਊਂਡ 'ਚ? ਵੀਰ ਜੀ ਦਰਸ਼ਕ ਤੁਹਾਡੇ ਮੈਚ ਦੇਖਣ ਵਾਸਤੇ ਪੁੱਜੇ ਹੈ, ਸੋ ਬੇਨਤੀ ਹੈ ਦੋਨੋਂ ਟੀਮਾਂ ਜਲਦੀ ਆ ਜਾਣ, ਡਾਲਾ ਤੇ ਅਚਰਵਾਲ। ਅਸੀਂ ਬਾਈ ਜੀ ਪ੍ਰਬੰਧਕ ਕਹਿੰਦੇ ਵੀ 2 ਮਿੰਟ ਦਾ ਸਮਾਂ ਲਓ ਜੀ, ਲਓ, ਕੀ ਬਾਤ ਹੈ। ਡਾਲਾ ਤੇ ਅਚਰਵਾਲ, ਡਾਲਾ ਤੇ ਅਚਰਵਾਲ ਦੋਨੇ ਟੀਮਾਂ ਗਰਾਊਂਡ 'ਚ ਆ ਜਾਣ। ਉੱਧਰ ਬੇਨਤੀ ਹੈ ਮੇਰੀ, ਕਿਰਪਾ ਕਰਕੇ ਕੇਵਲ ਬੰਸੀਪੁਰੇ ਵਾਲਾ ਸਟੇਜ ਤੇ ਲੱਗ ਗਿਆ, ਜਿਵੇਂ ਉਹਦੇ ਮਿੱਤਰ ਨੂੰ ਯਾਦ ਕਰਦੇ ਆ ਕੇਵਲ ਬੰਸੀਪੁਰੇ ਵਾਲਾ। ਮੇਰੀ ਬੇਨਤੀ ਹੈ, ਇੱਕ ਟੀਮ ਦਾ ਇੱਕ ਹੀ ਪਲੇਅਰ ਆਇਆ ਹੈ, ਦੂਜੀ ਟੀਮ ਜੇ 1 ਮਿੰਟ ਦੇ ਵਿੱਚ ਨਹੀਂ ਆਉਂਦੀ ਤੇ ਟੀਮ ਪ੍ਰਬੰਧ ਕਹਿੰਦੇ ਅਸੀਂ ਸਕ੍ਰੈਚ ਕਰਾਂਗੇ। ਮੇਰੀ ਬੇਨਤੀ ਹੈ, ਪਹਿਲਾਂ ਬਸੰਤ ਨੇ ਵੀ ਬੜੇ ਹਾੜੇ ਕੱਢੇ ਆ ਤੇ ਦੂਜਾ ਮੈਚ ਜਨੇਤਪੁਰਾ ਤੇ ਮਲਕ ਹੈ, ਦੂਜਾ ਮੈਚ ਜਨੇਤਪੁਰਾ ਤੇ ਮਲਕ, ਤੀਜਾ ਮੈਚ ਜਗਰਾਓ ਤੇ ਮਾਣੂ ਕੇ ਸੰਧੂ ਹੈ, ਚੌਥਾ ਮੈਚ ਰਸੂਲਪੁਰ ਤੇ ਬਿੱਲਾ। ਇਹਨਾਂ ਟੀਮਾਂ ਨੂੰ ਮੇਰੀ ਬੇਨਤੀ ਹੈ ਜਿਨ੍ਹਾਂ ਦੇ ਮੈਂ ਨਾਮ ਬੋਲਿਆ। ਹੁਣ ਅਚਰਵਾਲ ਦੀ ਟੀਮ ਕਿਉਂ ਨਹੀਂ ਆ ਰਹੀ? ਪ੍ਰਬੰਧਕ ਕਹਿੰਦੇ ਵੀ ਅਸੀਂ ਕੱਟਣ ਲੱਗੇ ਅਚਰਵਾਲ ਤੇ ਡਾਲਾ, ਅਚਰਵਾਲ ਤੇ ਡਾਲਾ ਕੱਟਣ ਲੱਗੇ ਆ ਜੀ ਦੋਨੇ ਟੀਮਾਂ। ਆ ਜਾਓ ਮੇਰੇ ਵੀਰ, ਆ ਜਾਓ ਜਲਦੀ ਦੇ ਨਾਲ। ਆ ਦਰਸ਼ਕ ਵੀਰ ਦੇਖੋ, ਤੁਹਾਡੇ ਮੈਚਾਂ ਨੂੰ ਦੇਖਣ ਦੇ ਵਾਸਤੇ ਬੜੇ ਉਤਾਵਲੇ ਹੈ, ਮੈਚ ਬੜੇ ਤਕੜੇ ਖੇਡੇ ਗਏ ਹੈ ਤੇ ਮੈਚ ਤਕੜੇ ਖੇਡੇ ਜਾਣੇ ਹੈ। ਡਾਲਾ ਤੇ ਅਚਰਵਾਲ ਜਲਦੀ ਦੇ ਨਾਲ ਦੋਨੋਂ ਟੀਮਾਂ ਜਿਹੜੀਆਂ ਨੇ ਇਹ ਖੇਡ ਗਰਾਊਂਡ ਦੇ ਵਿੱਚ ਪੁੱਜਣਗੀਆਂ ਤਾਂ ਕਿ ਆਪਾਂ ਮੈਚ ਜੋ ਹੈ ਇਹ ਜਲਦੀ ਦੇ ਨਾਲ ਸ਼ੁਰੂ ਕਰ ਸਕੀਏ। ਅਮਰੀਕ ਵੀਰ ਅਗਲੇ ਮੈਚ ਵੀ ਜਿਹੜੇ ਅਨਾਊਂਸਮੈਂਟ ਕਰ ਦੇਣੇ ਹੈ। ਮੇਰੀ ਬੇਨਤੀ ਹੈ, ਕਿਰਪਾ ਕਰਕੇ ਡਾਲਾ ਤੇ ਅਚਰਵਾਲ, ਜਨੇਤਪੁਰਾ ਦੇ ਮਲਕ, ਇਹ ਦੋਨੇ ਟੀਮਾਂ ਸਾਨੂੰ 2 ਮਿੰਟ ਦੇ ਵਿੱਚ ਵਿੱਚ ਪ੍ਰਬੰਧ ਕਹਿੰਦੇ ਗਰਾਊਂਡ ਦੀ ਚਾਹੀਦੀ ਹੈ।
आज मेरे वीर डाला अचरवल दोनों टीम बड़िया तगड़िया टीम ने। सो डाले की टीम जी है खेड ग्राउंड पुज गई। अचरवाल के प्लेयर पुजे थे हाथ जोड़ के मैं दस दिन भी एक दो प्लेयर आ गए थे क्योंकि डाले अचरवाल के प्लेयर भी आ गए है। डाले की टीम भी जी है वह भी पुज चुकी है। बहुत बहुत धन्यवाद है मेरी बेनती है कृपा करके टीम ग्राउंड चौड़ डाला ते अचरवाल जनेतपुरा ते मलक मेरी बेनती है कृपा करके डाला ते अचरवाल डाले की टीम अचरवाल के प्लेयर बाकी कितने है आ गए जी आ गए। ते नाल साडी बेनती है भी जनेतपुरा ते मलक यह टीम ग्राउंड चौड़ जगराओं से माणू के संधु है रसूलपुर के दिल इन टीमों को बेनती है भी टीम अपने आप तैयार कर लैन। उधर कहते भी अमृत चीमा बसिया वाला साडा वीर है कबड्डी कहते वाईफाई से भी गल चल रही है लोग अपने घर बैठे अपने मोबाइल फोन से भी नजारा ले रहे हैं जी चीमरे पिंड सिरा हो गया है। मेरी बेनती है कृपा करके दो टीम जे कोई प्लेयर रहा तो ग्राउंड च आ जाए। हेलो 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 गब्बर साउंड जी बड़ी प्यारी साउंड है। कृपा करके रैफरियां नूं बेनती है मेरी बिल्ले भाई तेरा पिंड लागे है ते यारां दी वार्ड लवेरी है क्योंकि चीमरे दा मेला जिहड़ा पूरा जोवण पे है प्रबंधकां नूं वड्डी मुबारकबाद अज दे दिन दी। कहिंदे उहदे वी जो हुंदा चंगे वी हुंदा है कैले साहब तुसीं जिहड़ा पिछला टूरनामेंट उह मीह करके रद्द कीता सीगा ते परमात्मा ने मैनूं लगदा वी चंगे कीता जिहड़ा अज सिरा हो गया है ते शायद उदों ना हुंदा वी टीमां सिरे दीआं पुज्जीआं है। मूव स्प्रे जिहड़ी ग्राउंड च दित्ती जावे कृपा करके डाक्टर साहब आपां ड्यूटी लाईए किसे दी वी मूव स्प्रे जरूर देनी है गुरजंट भाई मूव स्प्रे जिहड़ी है। मेरी बेनती है भी कृपा करके अचरवाल के डाल दोनों टीम मनप्रीत है हाथ फड़ डाले वाले आत्मे का आत्मे कह भी बांह फड़े तलवंडी वाले गगन की आप सिट खड़ा कर लिए उधर गुरगू वर्गे महान जाफी पुजी हुई है। हिंदे के दादा जी का सम्मान किया जाता है एक किड्डी बढ़िया सोच है। दोनों टीमों प्रबंध कहते भी पहला अभी सौ पौड़ी दे फिर मैच होगा हिंदे ने दादा जी का सम्मान किया जाना है। लवप्रीत साडा वीर ग्राउंड के आ जाए बड़ा प्यारा वीर है साडा दोवां टीमों प्रबंध कहते भी पहला सौ पौड़ी जानी है दोनों टीम प्रबंधकों सैटिस्फाई करनगियां भी असी मैच रल के नहीं ला रहे मैच पूरा सिरे का लगना है डाला ते अचरवाल। खिडारी कहते भी कोई चक्कर नहीं जे किसी को डाउट है तो खुली है छुट्टियां हैं हुण बेनती है प्रबंधकों भी आप आग्या देईए मैच शुरू कर दीए प्रबंधकों बेनती है भी आप कबड्डी का मैच सिरे का मेरे तो पहला अमन लोपो ने बहुत सोहने बोल बोले है छोटा अमन भी भुजा होया है ते बसंत बाजा खाना जी बोलों की सांझ पा रहे सच्चे पातशाह तरक्कियां देवे। कबड्डी का मैच जिहड़ा उह शुरू ਹੋਣ ਜਾ ਰਿਹਾ ਇੱਕ ਪਾਸੇ ਟੀਮ ਜਿਹੜੀ ਹੈ ਸਕੂਲ ਦੀ ਬਿਲਡਿੰਗ ਵਾਲੇ ਪਾਸੇ ਇਹ ਟੀਮ ਡਾਲੇ ਪਿੰਡ ਦੀ ਚਲੀ ਗਈ ਹੈ ਔਰ ਦੂਸਰੇ ਪਾਸੇ ਚੜ੍ਹਦੇ ਵਾਲੀ ਸਾਈਡ ਜੋ ਟੀਮ ਹੈ ਇਹ ਪ੍ਰਬੰਧਕ ਔਰ ਦਰਸ਼ਕ ਵੀਰ ਨੋਟ ਕਰਨਗੇ ਅਚਰਵਾਲ ਦੀ ਟੀਮ ਹੈ ਅਚਰਵਾਲ ਦੀ ਟੀਮ ਚੜ੍ਹਦੇ ਸੂਰਜ ਵਾਲੇ ਪਾਸੇ ਹੈ ਲਹਿੰਦੇ ਸੂਰਜ ਵਾਲੀ ਸਾਈਡ ਜਿਹੜੀ ਟੀਮ ਹੈ ਡਾਲੇ ਪਿੰਡ ਦੀ ਚਲੀ ਗਈ ਹੈ ਉਧਰ ਪਿੰਡਾ ਯੂਐਸਏ ਗੁਰਵਿੰਦਰ ਬਰਾੜ दे बराड़ ते साडा वीर मनप्रीत बराड़ ते जगदीप बराड़ ते दविंदर ठेकेदार यूके वो भी नेट दे नाल जुड़े हुए ने। बहुत बहुत धन्यवाद है कोटला मेहर सिंह वाले तो आप बहुत बहुत सत्कार करते हैं और पहली कबड्डी के नाल आप जुड़ांगे।
पहली कबड्डी कहते भी किस गभरू ने पाड़ी है, दो टीम पूरी है सिरे दीम बन के पहुंची है। आ गभरू का कहते फिरोजपुर जिला है, हरदासा पिंड सुख नाम है, बाप ने कबड्डी खेडी पूरी सिरे की खेडी है। अच्छरवाल की टीम चली गई है मेन स्टेज के सज्जे पासे, खब्बे पासे सड़क वाले पासे टीम कहते डाले दी है। उधर कहते भी भगते वाल दिन लाइटा का चानण पूरा है, वे वे कहते 12 पोल कहते हैं, 12 पोलों पर कहते 48 लाइटा जगी दिन चढ़िया अपनी टीम के लिए। लो महीपाल कहते अगली कबड्डी पाउण की तैयारी करता हो उधर चैने ने कोशिश की जफा लाने की, पर पॉइंट जो है धावी के वास्ते है। इधर महीपाल अगली कबड्डी पाने वास्ते बिल्कुल तैयार पुर तैयार है कि कोई परे उड़ारी बाज बागरा, कोई पावे भुलेखा शेर दा जी, सप मेल दा किसे दी हिक उत्ते कोई चीते वांग शिकार नूं घेर दा जी, ठंडा जज दा किसे दे गुंद में शरीर उत्ते ते वक्रा नजारा किसे दी रेड़ दा जी। ए आए आत्मा डाले वाला जिस गबरू ने हुण जफा ला के अंक जो अपने टीम दे वास्ते जोड़ दिता है। और जस्सा चंद पुराने वाल एक चंद नम है, एक चंद पुराना है, जिथे टूल टैक्स लगता है बिल्कुल पिंड है, नाल ही फिर ट्रोली आ जाती है छेवे पातशाह चरण पाए। लाओ सामने वेखो आ है जस्सा, एक सुदमा वाला मशहूर है, एक आडे सामने है कि जस्से जी ना खेड़ किसी की, दुले जी ना रेड़ किसी की, कोई कहता जाफी भीरे जितेंद्र सिकंदर वर्गा, कोई कहता तुन्ना भी एक कमाल करता, कि सिदमा के जस्से जी ने टावर दिया गलां अज होण बेलियो जवानी वाले जोर दिया गलां, अज होण बेलियो जवानी वाले जोर दिया गलां, अज जिन्ने भी खिलाड़ी पुजे आ ते सब तो लंबा पैना पै करके आ मुंडा पुजा। ये मापे के दो पुत एक सुरजन है एक अर्जन है, ते दोनों लोग प्यार नाल घोड़ा कहते हैं। अर्जन घोड़ा कहते शामपुर पिंड है, अर्जन घोड़ा शामपुर वाला रमदास के एरिए का खिलाड़ी है, बड़ा वधिया पॉइंट गभरू ने जोड़ दिता है अपनी टीम के लिए। उधर कहते भी भाई जगे ब्योल होड़ी बड़े प्यार उन्होंने पुजते किए हैं, आप दिलों धन्यवाद कर रहे हैं। लाओ सामने देखो ये डाले की टीम कहते लाडी वीर होने ने जी स्पॉन्सर की है, आप दिलों धन्यवाद कर रहे हैं उन्होंने सारे वीर का। इधर महीपाल अगली कबड्डी पाने वास्ते बिल्कुल तैयार पुर तैयार है। इधर साड़ी जिंदगी का बहुत प्यारा वीर है बिट्टू साथों विछड़े हैं, बिट्टू का वीर प्रगट सड़ा वीर अजकल कैनेडा की सरजमीन से जा वसे हैं, कदे लंबा अरसा जगे दे नाल दुबई दे विच। लाओ सामने इधरले पासे आत्मा पै गया पंगा, एक पासे महीपाल है और दूसरे पासे आत्मा डाले वाला, पर पॉइंट जो है धावी दे वास्ते अच्छरवाल दी टीम दे वास्ते है। अगलियां टीमां जनेतपुर ते मलक दोनों टीमां अपने आप नूं तैयार पर तैयार रखणगियां। प्रगट ते सड़ा वीर जग्गा दुबई ए महीपाल दे वास्ते 200 रुपए के मान सम्मान पुजते करते हैं। बहुत बहुत धन्यवाद है दौल साहब, आप पैसे महीपाल नूं पुजते करे हो, बहुत बहुत धन्यवाद है। उधर वेखो भी पई कबड्डी ते उधर बहुत बहुत धन्यवाद है रशपाल सिंह जी टेक्निकल अफसर जिन्हें वालों सैकंड प्राइज दिता जा रहे हैं अज ते कबड्डी कप दा, ते राज साडा जो यूएसए जो 5 स्टार एक्सप्रेस ट्रक कंपनी खोली है उन्होंने वालों पहला जो इनाम 60,000 दिता जाएगा। उधर कहते घोड़े भी पाई हुई कबड्डी है, सतेंद्र जौल, सतेंद्र जौल वो साडा वीर वाईफाई वाला अपना सम्मान प्राप्त कर ले, सतेंद्र जौल वाईफाई पेज वाला साडा वीर वो अपना सम्मान प्राप्त कर ले, बड़ा प्यारा मित्र है यारी कहते अमृत होर के नाल है पुजा होया उस वीर का दिलों धन्यवाद है। लाओ सामने सुख भी पाई हुई कबड्डी है, उधर मुंडे ने पद के कहते गिटा चुकया होया, इधर साढ़े भाई निरभय होड़ी भी पुजे हुए हैं क्योंकि कमल कहते यूएसए बैठा है, प्रबंधकों वड्डी मुबारकबाद है क्योंकि लोग किस तरह दी गल करते हैं, ये तो कहते बाहर ग्राउंड से पता लगता है भी जो लोग सिफता करते हैं भी चीमड़े के प्रबंधक वीर ने गल टकाने लाती है क्योंकि इतने चीकों में ललकारे ताड़ियां आम गल है क्योंकि लोगों वाले ने बहुत सोने बोल बोले हैं, तो ग्राउंड तो बाहर लोगों के व्यू मिलते हैं लोग गल करते भी सिरा होया पिया। उधर देखो गल टकाने लगी पई है, वो गभरू का कहते तलवंडी भाई पिंड है, यह कहते गगना तलवंडी वाला लाले का भतीजा लासरे का जत्था पॉइंट जोड़ता है अपनी टीम के लिए। उधर सुख दे वास्ते गगने वास्ते एक 100 रुपए के माया के गफे साडा वीर प्रगट पुजते करता, बहुत बहुत धन्यवाद है। और सुख दे वास्ते
एक सौ रुपया सारा वीर जग्गा दवाई निर्भय दवाई वालों पुजते किए जा रहे हैं। आप माया के गफे भाजी एक आके फल लो अपने जनेतपुरा के मालिक दोनों टीमों एक मिनट का समा है। जनेतपुरा के मालिक एक मिनट का समा नहीं टीम स्क्रैच होगी। जनेतपुरा के मालिक सतिंदर जौल का सम्मान किया जा रहा है। सतिंदर जौल वाईफाई वाला साडा वीर उधर मान सम्मान ते इधर घोड़ा मेरे वीर गुरदासपुरी है कि अमृतसर वल जाते राजो जाना गुरुद्वारे जी हरमंदर के दर्शन करके टुट जाते दुख सारे जी। एक पास मनप्रीत एक सौ रुपया जगे दवाई वालों है ला भी घोड़ा तेरे वास्ते माया के गफे है। दूसरे पास एक जाना भाई इधरले पासे आ जाए अचरवाल की टीम का खिलाड़ी अपने पैसे फल ले सवारी अपने समान की खुद जिम्मेवार है। एक प्लेयर जरा है अपने पैसे इधर आके फल ले अचरवाल दा एक जना आज मेरे वीर तुहाडे माया दे गफे है। लाओ दसो दी पई कबड्डी चंद पुराने वाले दी उधर चार जाफी ने एक नित चैना मेरे वीर अचरवाली है रेंपी अचरवाली दा नाम मशहूर। लाओ सामने चैना एक सिद्धमा दा चैना एक आ चैना एक मेरे वीर नथू वाली है चैना। लाओ सामने जस्सा पुआड लैके वापस जांदा होया है आ भी सोने लै भी जस्से वास्ते भी एक सौ रुपया जगे दवाई वालों है ते प्रगट कनेडा वालों है। आ दाले दी टीम दे प्लेयर भी अपने पैसे फाल लो दो सौ रुपया इस समय जरा पूजता किया जा रहे हैं। लाओ महीपाल दी कबड्डी ते इधर आत्मा 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 च परमात्मा लाओ सामने वेखो पै गया पंगा असी गूढ़ियां प्रीतां लईआं पा ते जुदाइयां झल नहीं होणियां। लाओ हो मेरे वीरो वेखो सामने तेरी किने खिच ली पतंग वाली डोर किने खिच ली पतंग वाली डोर मुंडे ने कहिंदे गल टिकाणे लाती है। उधर कहते प्रगट होने की यारी है तलवंडी वाले गगने के नाल ते लाला भी कहते कनेडा रह के आया है ते गगन भी अज कहते प्रगट होने के नाल यारी पगाउण दे लई पुज्जा है। गगन का भी धन्नवाद है ते भाई प्रगट का भी धन्नवाद है जिन्होंने कहते मेला है ते कहते मेला चीमरे का सिरे का है। लाओ सामने वेखो उधर सुख भी भाई भी कबड्डी है उधर कहते भी की ट्राई वेखो लगता जोर आह पॉइंट कहते जाफिया दे से है ये पॉइंट इस वेले। उधर साडे जग्गा जग्गा गोल जी ते नाल साडे प्रगट वीर जी बड़े प्यार पंजाबी बोलों तो खुश होकर उन्होंने पुजदे कीते है। जग्गा गोल ते नाल प्रगट सिंह होड़ी बड़े प्यार उन्होंने भेजे है। लै भी बसंत करखा गल घोड़े की पाई कबड्डी दी इधर घोड़े की कबड्डी उधर सुखबीर सीरा ते साडा वीर राज यूएसए गोलां तो खुश होके एक हजार दे मान सम्मान पुजदे करदा बहुत बहुत धन्नवाद है। लाओ सामने वेखो गबरू ने फड़िया गिट्टा लाओ सामने पै गया कलामा मुकाबला सख्त है। लाओ सामने ए यार रमना ए यार रमना एक गगन ते रमना दो भरा ने। लाओ सामने ए आ गगन मेरे वीर तलवंडी वाला एक तलवंडी बाबे नानक दी राय भोज दी है ए तलवंडी संदाली है और गगन दे वास्ते प्रगट कनेडा ते इधर जग्गा दवाई ते निर्भय वालों एक सौ दे मान सम्मान ने और बहुत बहुत धन्यवाद लावे गगन तेरे तीन सौ रुपया जरा इधरले पासे साडे कोले है ये माया दे गफे अपने लै जाओ आके दस्यो बाबा जी केड़ी टीम दे किन्ने स्कोर रन है। अचर वाले दी टीम दे स्कोर ने चार और दूसरे पासे स्कोर डाले दी टीम दे रन है साढ़े बारह और इधर प्रगट सदा वीर ते निर्भय ते जग्गा दवाई ए बाबा जी वास्ते माया दे गफे पुजदे कीते है बहुत बहुत धन्यवाद है। अगलिया दोनों टीमों नूं सदा बाजी मलक ते जनेतपुर दोनों टीम खेड ग्राउंड के पुजन गई बहुत तकड़ा जिहड़ा मैच है शानदार ते जानदार खेडा जाएगा। आ मैच भी बड़ा तकड़ा है मलक ते जनेतपुर दीआं टीमां दरमियान कि खेड कबड्डी पंजाब पाणियां दी नाम गुरसे पंजाब दा उच्चा कर दीए विजे लगदे अलका लैण ते वलायतां दे विच जहाजां दे उड़ारियां भर दीए पैंदी धुम कदे दी साउथ हाल अंदर कदे गूंज यूरप च वरदीए कदे चले चर्चे दे मिलवार मंदर कदे यूएसए विच कैंचियां जड़दीए हैप्पी किड़ियाणा जर्मन विच सुने कराउड़े दा ते कदे कनेडा विच भी यादां छड़दीए ते कदे कनेडा विच भी यादां छड़दीए। सो कनेडा दे जदों वर्ल्ड कबड्डी लीग होऊ
ਤੁਸੀਂ ਜੀ ਪੰਜਾਬੀ ਤੇ ਦੇਖੋਗੇ ਤੇ ਉਹਦੀ ਯਾਦ ਵੀ ਜੁੜ ਜਾਣੀ ਹੈ। ਔਰ ਅੱਜ ਚੀਮਣੇ ਦੀ ਯਾਦ ਹੈ, ਅੱਜ ਦਾ ਟੂਰਨਾਮੈਂਟ ਪੂਰੀ ਦੁਨੀਆ ਵਿੱਚ ਕੇਵਲ ਦੇ ਜ਼ਰੀਏ ਕਬੱਡੀ 365.com ਦੇ ਜ਼ਰੀਏ ਜਿਹੜਾ ਲਾਈਵ ਟੈਲੀਕਾਸਟ ਕੀਤਾ ਜਾ ਰਿਹਾ ਹੈ। ਆਹ ਮੈਚ ਬਹੁਤ ਤਕੜਾ ਖੇਡਿਆ ਜਾਵੇਗਾ ਕਿ ਚਟਾਨਾਂ ਵਰਗੀਆਂ ਹਿੱਕਾਂ ਤੇ ਇੱਥੇ ਧੱਫੇ ਖਾਣੇ ਪੈਂਦੇ ਹੈ, ਭੁੱਲ ਕੇ ਤਨ ਦੀਆਂ ਸੱਟਾਂ ਨੂੰ ਰੇੜ ਤੇ ਜੱਫੇ ਪਾਣੇ ਪੈਂਦੇ ਹੈ। ਜਿਵੇਂ ਜ਼ਖਮੀ ਸ਼ੇਰ ਖੂੰਖਾਰ ਹੁੰਦਾ, ਇੰਜ ਇੱਕ ਦੂਜੇ ਤੇ ਵਾਰ ਹੁੰਦਾ, ਖਿੱਚੋ ਤਾਣ ਦੋਨਾਂ ਵਿਚਕਾਰ ਹੁੰਦਾ, ਨਹੀਂ ਤੇ ਲੱਗਦੀ ਪਿੱਠ ਹੁੰਦੀ ਉਹ ਸਿਰ ਧੜਦੀ ਬਾਜੀ ਲੱਗ ਜਾਂਦੀ। ਜਦ ਜਿੱਤਣ ਦੀ ਖਿੱਚ ਹੁੰਦੀ ਸਿਰ ਧੜਦੀ ਬਾਜੀ ਲੱਗ ਜਾਂਦੀ, ਜਦ ਜਿੱਤਣ ਦੀ ਖਿੱਚ ਹੁੰਦੀ ਹੁਣ ਸਿਰ ਧੜਦੀ ਬਾਜੀ ਲੱਗੂ ਕਿ ਲੁਕਣ ਕਿਤੇ ਨੀ ਦੇਨੇ ਦੇਖੀ, ਡਾਂਗਾਂ ਖੜਕਦੀਆਂ ਹੁਣ ਡਾਂਗ ਖੜਕਦੀਆਂ। ਆ ਵੀ ਅਮਨ ਸਿੰਘ ਕਰ ਵੀ ਨੌਜਵਾਨ ਗੱਲ ਇਸ ਖਿਡਾਰੀ ਬਾਰੇ। ਹੈਲੋ ਕਿ ਹੋਣ ਲੱਗਾ ਮੈਚ ਜਿਹਨੂੰ ਸਾਨਾ ਵਾਲਾ ਭੇੜ ਕਹਿੰਦੇ, ਧਾਵੀ ਅਤੇ ਜਾਫੀ ਵਾਲਾ ਜਿਹਨੂੰ ਏੜ ਗੇੜ ਕਹਿੰਦੇ। ਸਿਰੇ ਦੀ ਬਾਜੀ ਇਸ ਵਕਤ ਖੇਡ ਮੈਦਾਨ ਦੇ ਸ਼ੁਰੂ ਹੋਣ ਜਾ ਰਹੀ ਹੈ। ਜਨੇਰ ਤਰ੍ਹਾਂ ਤੇ ਮਲਕ ਬਿਲਕੁਲ ਗੁਆਂਢੀ ਪਿੰਡ ਹੈ ਕਹਿੰਦੇ ਚੀਮਨੇ ਦਾ ਹੈ, ਤੇ ਦੂਸਰੇ ਪਾਸੇ ਜਨੇਤਪੁਰਾ ਪਿੰਡ ਹੈ ਜ਼ਿਲ੍ਹੇ ਲੁਧਿਆਣੇ ਦਾ। ਮੇਰੇ ਵੀਰੋ, ਦੋਨੋਂ ਟੀਮਾਂ ਦੇ ਦਰਮਿਆਨ ਮੁਕਾਬਲੇ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਜਗਰਾਓ ਤੇ ਮਾਣੂ ਕੇ ਸੰਧੂ, ਜਗਰਾਓ ਦੀ ਟੀਮ ਦੇ ਪਲੇਅਰ ਜਿਹੜੇ ਖੇਡ ਮੈਦਾਨ ਵਿੱਚ ਆ ਗਏ, ਮਾਣੂ ਕੇ ਸੰਧੂਆਂ ਦੀ ਟੀਮ ਵੀ ਜਲਦੀ ਨਾ ਪੁੱਜੀ। ਲਓ ਮੈਚ ਜਿਹੜਾ ਬੜਾ ਤਕੜਾ ਹੈ। ਉੱਧਰ ਰਾਜਵੀਰ ਸਾਡਾ ਵੀਰ ਫੋਨ ਆਇਆ ਹੈ, ਕਹਿੰਦਾ ਬਸੰਤ ਵੀਰ ਠੋਕ ਕੇ ਬੋਲਦੇ ਅਗਲੇ ਸਾਲ ਵੀ ਜਿਹੜਾ ਪਹਿਲਾ ਪ੍ਰਾਈਜ਼ ਹੈ ਉਹ ਵੀ ਆਪਣੇ ਵੱਲੋਂ ਸਪੌਂਸਰ ਹੋਵੇਗਾ। ਬਹੁਤ ਬਹੁਤ ਧੰਨਵਾਦ ਹੈ। ਅੱਜ ਕੱਲ ਅਮਰੀਕਾ ਦੇ ਵਿੱਚ ਮੇਰੇ ਵੀਰਿਓ ਜਿਹੜੀ ਕੰਪਨੀ ਆਪਣੀ ਲਾਂਚ ਕਰ ਦਿੱਤੀ, ਆਪਣੀ ਕੰਪਨੀ ਖੋਲ ਦਿੱਤੀ ਹੈ ਟਰੱਕਾਂ ਦੀ, 5-star ਐਕਸਪ੍ਰੈਸ ਦੇ ਨਾਂ ਤੇ ਉਹਨਾਂ ਨੇ, ਕਿਉਂਕਿ ਉਸੇ ਬਿਜੀ ਕਾਰਨ ਸਾਡੇ ਵੀਰ ਜੀ ਆ ਨਹੀਂ ਸਕੇ। ਕਹਿੰਦੇ ਸੀ ਵੀਰ ਬਸੰਤ ਆਪਾਂ 11ਵੇਂ ਮਹੀਨੇ 'ਚ ਜਾਂ ਆ ਜਾਣਾ ਹੈ ਤੇ ਫਿਰ ਆਪਾਂ ਇਕੱਠੇ ਬਹਿ ਕੇ ਰੌਣਕਾਂ ਲਾਵਾਂਗੇ। ਜਗਦੇਵ ਸਿੰਘ ਜੀ ਧਾਰੀਵਾਲ ਸਾਹਿਬ ਸਰਪੰਚ ਸਾਹਿਬ, ਅਮਨ ਕੌਂਕਿਆਂ ਵਾਲੇ ਪ੍ਰਸਿੱਧ ਕਬੱਡੀ ਖਿਡਾਰੀ ਦਾ ਆਉਣ ਅਗਲੇ ਸਾਲ ਟੂਰਨਾਮੈਂਟ ਤੇ ਬਹੁਤ ਵੱਡਾ ਮਾਨ ਸਨਮਾਨ 5 ਫੁੱਟੇ ਕੱਪ ਦੇ ਨਾਲ ਕੀਤਾ ਜਾਵੇਗਾ। ਬਹੁਤ ਬਹੁਤ ਧੰਨਵਾਦ ਹੈ। ਮੂਸਪਰੇ ਭੇਜੋ ਜੀ ਗਰਾਊਂਡ 'ਚ ਮੂਸਪਰੇ। ਆ ਵੀ ਅਮਨ ਟੀਮਾਂ ਦੀ ਜਾਣਕਾਰੀ ਦੱਸਵੇ। ਜਨੇਤਪੁਰ ਦੀ ਟੀਮ ਜਿਹੜੀ ਉਹ ਸੜਕ ਵਾਲੇ ਪਾਸੇ ਹੈ ਤੇ ਦੂਸਰੇ ਪਾਸੇ ਮਲਕ ਦੀ ਟੀਮ। ਕਬੱਡੀ 365.com ਦਾ ਵੱਡਾ ਧੰਨਵਾਦ ਹੈ ਜੋ ਅੱਜ ਕਬੱਡੀ ਕੱਪ ਨੂੰ ਪੂਰੀ ਦੁਨੀਆ ਦੇ ਵਿੱਚ ਮੇਰੀ ਵੀਰ ਲਾਈਵ ਦਿਖਾ ਰਹੀ ਹੈ। ਸਾਡੇ ਵੀਰ ਹੈਪੀ ਸਿੱਧੂ ਹੋਣੀ, ਪ੍ਰਦੀਪ ਟੈਣੀ ਹੋਣੀ ਜ਼ਿੰਦਗੀ ਦੇ ਬਹੁਤ ਹੀ ਸਤਿਕਾਰਯੋਗ ਹੈ, ਤੇ ਸਾਡਾ ਵੀਰ ਪ੍ਰਭਜੋਤ ਉਹ ਵੀ ਪੁੱਜਿਆ ਹੋਇਆ, ਵੱਡਾ ਧੰਨਵਾਦ ਹੈ ਸੇਰਵਰਾ ਦੀ ਧਰਤੀ ਦਾ। ਮੇਰੇ ਵੀਰੋ, ਇਹਨਾਂ ਮੈਚਾਂ ਦੀਆਂ ਫੋਟੋਆਂ ਖਿੱਚ ਰਹੇ ਤੇ ਕਬੱਡੀ 365.com ਦਾ ਜਦੋਂ ਫੋਟੋ ਤੇ ਲੋਗੋ ਲੱਗ ਜਾਂਦਾ ਨਾ ਬਾਈ ਬਸੰਤ, ਤੇ ਵੱਖਰਾ ਹੀ ਸਵਾਦ ਤੇ ਵੱਖਰੀ ਗ੍ਰੇਸ ਉਸ ਫੋਟੋ ਦੀ ਬਣ ਜਾਂਦੀ ਹੈ। ਲੈ ਅਮਨ ਸਿੰਘ ਗੱਲ ਫੋਟੋ ਵੀ ਕੀਤੀ ਹੈ, ਪਿੱਛੇ ਫਿਲਮ ਅਰਦਾਸ ਆਈ ਸੀ ਤੇ ਉਹਦੇ ਵਿੱਚ ਇੱਕ ਦੂਜੇ ਨੂੰ ਕਹਿੰਦਾ ਵੀ ਸੈਲਫੀ ਕਰ ਫਿਰ ਫੇਸਬੁੱਕ ਤੇ ਪਾਵਾਂਗੇ, ਤੇ ਘੁੱਗੀ ਨੂੰ ਪੁੱਛਦਾ ਵੀ ਸਟੇਟਸ ਕਿਹੜਾ ਬਣੂਗਾ, ਹੁਣ ਸਟੇਟਸ ਵੇਖੋ ਵੀ ਚੀਮਣੇ ਦੇ ਕਬੱਡੀ ਕੱਪ ਦਾ ਕੌਣ ਜਿੱਤੂਗਾ ਤੇ ਕੌਣ ਮੇਰੇ ਵੀਰੋ ਲਿਖੂਗਾ ਕਿ ਰੀਝ ਪੁਰਾਣੀ ਮਿੱਤਰਾਂ ਦੀ। ਲਓ ਮੇਰੇ ਵੀਰ ਮੋਟਰਸਾਈਕਲ ਜਿੱਤ ਕੇ ਇੱਧਰ ਗੋਲੂ ਪੁਆਇੰਟ ਲੈ ਕੇ ਵਾਪਸ ਆਏ ਅਮਨ ਵੀਰ, ਆ ਵੀ ਕਰ ਵੀ ਨੌਜਵਾਨਾਂ ਇਸ ਖਿਡਾਰੀ ਦੀ ਗੱਲ। ਲਓ ਗਗਨ ਮੇਰੇ ਵੀਰੋ, ਗਗਨ ਮਲਕ ਦੀ ਧਰਤੀ ਦਾ ਸੱਚੇ ਪਾਤਸ਼ਾਹ ਨੂੰ ਅੱਲਾ ਤਾਲਾ ਨੂੰ ਯਾਦ ਕਰਦਾ ਹੋਇਆ, ਕਹਿੰਦੇ ਸਰਦਾਰ ਕਿਰਤਪਾਲ ਸਿੰਘ ਦਾ ਪੁੱਤਰ ਉਸ ਸੱਚੇ ਪਾਤਸ਼ਾਹ ਨੂੰ ਯਾਦ ਕਰਦਾ ਹੋਇਆ। ਗਗਨ ਕਹਿੰਦੇ ਮਲਕ ਦੀ ਧਰਤੀ ਦਾ ਗਬਰੂ ਕਬੱਡੀ ਪਾਉਣ ਲਈ ਵਧਿਆ ਹੋਇਆ, ਚਾਰ ਜਾਫੀ ਇੱਕ ਪਾਸੇ ਅਮਰੂ ਜਨੇਤਪੁਰੀਆ ਤੇ ਨਾਲ ਕਹਿੰਦੇ ਬਿੰਦੀ ਸਰਾਬੇ ਦੇ ਟੂਰਨਾਮੈਂਟ ਦਾ ਮੋਟਰਸਾਈਕਲ ਦਾ ਜੇਤੂ, ਨਾਲ ਨਿੱਕਾ ਕਨੇਡਾ ਕਬੱਡੀ ਕੱਪ ਦਾ ਮੋਟਰਸਾਈਕਲ ਦਾ ਜੇਤੂ, ਤੇ ਨਾਲ ਕਹਿੰਦੇ ਸੁੱਖਾ ਵਕੀਲਾਂਵਾਲ ਦਾ। ਮੇਰੇ ਵੀਰੋ, ਇੱਕ ਪੰਡਾਲ ਦਾ ਸੁੱਖਾ ਜਿਹਨੂੰ ਦੁਨੀਆ ਕਬੱਡੀ ਦੀ ਦਹਿਸ਼ਤ ਦਾ ਦੂਸਰਾ ਨਾਮ ਦੇਣਾ ਜਾਣਦੀ ਹੈ। ਮੇਰੇ ਵੀਰੋ, ਚਾਰਾਂ ਦੇ ਵਿੱਚੋਂ ਕਿਹੜਾ ਨਾਜਨ ਗੱਭਰੂ ਕਿ ਅਮਰੂ ਬਗੀਚਾ ਜਾਫੀ ਕਹਿ ਰਹੇ ਜੇ ਸਰੀਰਾਂ ਦੇ ਧਾਵੀ ਉੱਤੇ ਵਾਰ ਕਰਦੇ ਵਾਂਗ ਤੇ ਕੇ ਤੀਰਾਂ ਦੇ। ਲਓ ਪੁਆਇੰਟ ਕਹਿੰਦੇ ਗਗਨ ਨੇ ਆਪਣੀ ਟੀਮ ਦੇ ਸਹਿਯੋਗ ਦਿੱਤਾ ਹੈ। ਲੈ ਵੀ ਭਾਈ ਬਸੰਤ, ਤੈਨੂੰ ਵੀ ਮੁਬਾਰਕਬਾਦ ਹੈ ਮਾੜੀ ਦੇ ਟੂਰਨਾਮੈਂਟ ਤੇ ਕਹਿੰਦੇ ਬੁਲਟ ਮੋਟਰਸਾਈਕਲ ਨਾਲ ਮਾਨ ਸਨਮਾਨ ਕੀਤੇ ਗਏ। ਲਓ ਜਲਾਲ ਵਾਲਾ ਕਹਿੰਦੇ ਗਬਰੂ ਕਬੱਡੀ ਪਾ ਰਿਹਾ ਕਿ ਮਾਂ ਹੁੰਦੀ ਹੈ ਮਾਂ ਦੁਨੀਆ ਵਾਲਿਓ, ਕਿ ਮਾਂ ਹੁੰਦੀ ਹੈ ਮਾਂ ਦੁਨੀਆ ਵਾਲਿਓ, ਕਦੇ ਤੇਰੇ ਟਿੱਲੇ ਤੋਂ ਸੂਰ ਤੋਂ ਪੀਂਦੀ ਹੈ ਹੀਰ ਦੀ ਕਲੀਆਂ ਦੇ ਬਾਦਸ਼ਾਹ ਮਾਣਕ ਦਾ ਪੇਂਡੂ, ਰੁਪਿੰਦਰ ਦਾ ਪੇਂਡੂ, ਜਨੇਰ ਦਾ ਪੇਂਡੂ। ਲਓ ਬੱਬੂ ਦਾ ਪੇਂਡੂ ਦੇ ਦੂਸਰੇ ਪਾਸੇ ਭੰਡ ਖਾਣਾ। ਮੇਰੇ ਵੀਰੋ, ਲਾ ਜਫਾ ਆਪਣੀ ਟੀਮ ਦੇ ਲਈ ਤਕੜੇ ਬਣਨ ਦਾ ਵਾਅਦਾ ਕਰਦਾ ਹੋਇਆ। ਲੈ ਬਸੰਤ ਨੌਜਵਾਨਾਂ ਕਰੀ ਗੱਲ ਬਬਲੀ ਦੀ ਕਬੱਡੀ ਦੀ, ਉਧਰ ਵੱਢ ਖਾਣੇ ਦੇ ਬਾਅਦ ਜਫਾ ਲਾਇਆ ਤੇ
ਵੀਰਿਓ ਆ ਵੀ ਜਾਦੂਗਰੀ ਹੈ ਕਬੱਡੀ ਦਾ ਕਿ ਪੈਂਦੀ ਸੋਹਣਿਆ ਬਾਜੀ ਵਿੱਚ ਤੂੰ ਬਾਜੀ ਕਿਉਂ ਨਹੀਂ ਵੇਖਦਾ ਇਹ ਵੀ ਖਿਡਾਰੀ ਬਾਜੀਆਂ ਪਾਉਂਦਾ ਹੈ ਇਹ ਆ ਪਬਲੀ ਰਾਮੇ ਵਾਲਾ ਰਾਮਾ ਰਾਮਾ ਹਰੇ ਹਰੇ ਤੇ ਮਾਈਏ ਦੇ ਨਖਰੇ ਕੌਣ ਜਰੇ ਲਓ ਸਾਹਮਣੇ ਵੇਖੋ ਬਬਲੀ ਰਾਮੇ ਵਾਲਾ ਪੁਆਇੰਟ ਲੈ ਕੇ ਵਾਪਸ ਆਪਣੀ ਟੀਮ ਦੇ ਵਾਸਤੇ ਹੈ ਉਧਰ ਬਿੱਟਾ ਮਲਕ ਕਹਿੰਦਾ ਵੀ ਹੈਪੀ ਮਲਕ ਜਿੰਨੇ ਜਥੇ ਲਾਵੇਗਾ ਉਹਨੇ ਸੌ ਸੌ ਦੇ ਮਾਨ ਹੈਲੋ ਠੀਕ ਹੈ ਬਹੁਤ ਬਹੁਤ ਮਿਹਰਬਾਨੀ ਲਓ ਸਾਹਮਣੇ ਗੋਲੂ ਗੱਜਣ ਵਾਲੀ ਹੈ ਉਧਰ ਵੀ ਗੱਜਣ ਵਾਲੀ ਹੈ ਕਹਿੰਦੇ ਬਿੱਲਾ ਇੱਕ ਪਾਸੇ ਗਗੜੇ ਵਾਲਾ ਯੂਰਪ ਦਾ ਮੇਰੇ ਵੀਰੇ ਬੈਸਟ ਰਿਹਾ 9-11 ਦਾ ਜੇਤੂ ਤੇ ਉਧਰ ਹੈਪੀ ਮਲਕ ਨੂੰ ਟੱਚ ਕੀਤਾ ਹੈ ਪੁਆਇੰਟ ਜੋ ਹੈ ਗੋਲੂ ਆਪਣੀ ਟੀਮ ਦੇ ਵਾਸਤੇ ਲੈ ਕੇ ਵਾਪਸ ਜਾਂਦਾ ਹੋਇਆ ਹੈ ਕਿ ਖੂਨ ਖੋਲਦੇ ਅਣਖਾਂ ਦੇ ਜਦ ਸੀਨੇ ਲੱਗਦੇ ਟੱਕ ਜਦ ਪਾਣੀ ਸਿਰ ਤੋਂ ਵਗ ਜਾਵੇ ਫਿਰ ਚੱਬਣਾ ਪੈਂਦਾ ਅੱਗ ਸੱਚ ਕਦੇ ਨਹੀਂ ਲੁਕਦਾ ਭਾਵੇਂ ਜੇਲਾਂ ਦੇ ਵਿੱਚ ਟੱਕ ਦੱਕ ਉਹ ਰਾਜ ਕਾਕੜੇ ਲੈਣਾ ਆਉਂਦਾ ਸਾਨੂੰ ਸਾਡਾ ਹੱਕ ਇੱਥੇ ਰੱਖ ਲਓ ਸਾਹਮਣੇ ਗਗਨ ਦੀ ਪਈ ਕਬੱਡੀ ਆਏ ਮੇਰੇ ਵੀਰੇ ਮਲਕ ਵਾਲਾ ਚੜ੍ਹਦੀ ਵਰੇਸ ਦਾ ਨੌਜਵਾਨ ਪੁਆਇੰਟ ਲੈ ਕੇ ਵਾਪਸ ਹੈ ਆ ਵੀ ਅਮਨ ਅਗਲੀ ਗੱਲ ਕਰ ਵੀ ਨੌਜਵਾਨ ਹੈ ਰੈਫਰੀ ਦਾ ਫੈਸਲਾ ਅੰਤਮ ਹੈ ਕਿਸੇ ਵੀ ਖਿਡਾਰੀ ਨੇ ਕਿੰਤੂ ਪਰੰਤੂ ਨਹੀਂ ਕਰਨੀ ਵਾਧੂ ਪਲੇਅਰ ਬੇਨਤੀ ਹੈ ਸਾਈਡ ਤੋਂ ਕੇ ਬਾਰਮਾ ਪੋ ਜਾਣਗੇ ਕਿਸੇ ਖਿਡਾਰੀ ਨੇ ਰੈਫਰੀ ਨਾਲ ਕਿੰਤੂ ਪਰੰਤੂ ਨਹੀਂ ਕਰਨੀ ਅੱਜ ਚੀਮੇ ਵਿੱਚ ਵੱਡੀਆਂ ਰੌਣਕਾਂ ਹੈ ਸੱਚੇ ਪਾਤਸ਼ਾਹ ਦੀ ਪਾਰ ਕਿਰਪਾ ਦੇ ਨਾਲ ਸਮੁੱਚੀ ਨੌਜਵਾਨ ਸਭਾ ਮੇਰੇ ਵੀਰੋ ਸਾਰੇ ਵੀਰਾਂ ਦਾ ਵੱਡਾ ਧੰਨਵਾਦ ਹੈ ਕਿ ਰੱਖਦੀ ਤਰੀਕ ਕੰਮ ਟਿੱਚ ਹੋ ਗਿਆ ਮੇਲਾ ਪੂਰਾ ਚੀਮਰੇ ਦੇ ਵਿੱਚ ਹੋ ਗਿਆ ਅੱਜ ਐਨ ਅੱਤ ਮੇਲਾ ਚੀਮਰੇ ਚ ਹੋ ਗਿਆ ਮੇਰੇ ਵੀਰੋ ਇੱਧਰ ਕਹਿੰਦੇ ਅੰਤ ਜਨੇਤਰੀ ਅਤੇ ਪਿੱਠੋ ਦਾ ਸ਼ੀਰਾ ਵੀ ਪੁੱਜ ਗਿਆ ਪਹਿਲੇ ਮੈਚ ਚ ਲਾ ਜਫੇ ਪਿੱਠੋ ਵਾਲੇ ਨੇ ਕਹਿੰਦੇ ਬਹਿ ਜਾ ਬਹਿ ਜਾ ਕਰਵਾ ਦਿੱਤੀ ਦੁਨੀਆ ਪੱਪਾ ਤੇ ਵਿੱਚ ਆਉਣ ਵਾਲੀ ਗੱਲ ਕਰ ਦਿੱਤੀ ਸੀ ਗੱਭਰੂ ਨੇ ਮੇਰੇ ਵੀਰੋ ਇੱਧਰ ਚਾਰ ਜਾਫੀ ਤਿਆਰ ਕਿਹੜਾ ਲੋ ਹੈਪੀ ਮਰਕ ਦੀ ਧਰਤੀ ਦਾ ਹੈ ਫੜਿਆ ਗੁੱਟ ਛੜਾਇਆ ਗੁੱਟ ਤੇ ਜਨੇ ਪ੍ਰਿਯੰਤਰ ਮੇਰੇ ਵੀਰੋ ਬਾਬਾ ਹਰਦੇਵ ਸਿੰਘ ਜੀ ਢਿੱਲੋਂ ਵੀ ਪੁੱਜੇ ਹੋਏ ਆ ਵੱਡਾ ਧੰਨਵਾਦ ਹੈ ਮਨਜੀਤ ਸਿੰਘ ਜੀ ਬਿੱਟਾ ਵੀ ਪੁੱਜੇ ਉਹਨਾਂ ਦਾ ਵੀ ਪੁੱਜਣ ਤੇ ਵੱਡਾ ਧੰਨਵਾਦ ਤੇ ਕਹਿੰਦੇ ਮੁਕਤਸਰ ਦੀ ਧਰਤੀ 40 ਮੁਲਕਾਂ ਦੀ ਧਰਤੀ ਹੈ ਤੇ ਕਹਿੰਦੇ ਰਾਣੀ ਵਾਲਾ ਪਿੰਡ ਹੈ ਨਰਵੈਰ ਸਿੰਘ ਨੂੰ ਦੁਨੀਆ ਧੋਨੀ ਦੇ ਨਾਮ ਦੇ ਨਾਲ ਜਾਣਦੀ ਹੈ ਧੋਨੀ ਵੀ ਪੁੱਜਿਆ ਹੋਇਆ ਹੈ ਮਾਣੂ ਕੇ ਸੰਧੂ ਤੇ ਦੂਸਰੇ ਪਾਸੇ ਜਗਰਾਓ ਇਹ ਵੀ ਟੀਮਾਂ ਜਲਦੀ ਨਾਲ ਖੇਡ ਮੈਦਾਨ ਦੇ ਲਾਗੇ ਪਹੁੰਚਣਗੀਆਂ ਤੇ ਗੋਲੂ ਦੀ ਕਬੱਡੀ ਦੇ ਗੱਲ ਕਰੇਗਾ ਸਾਡਾ ਵੀਰ ਬਸੰਤ ਲਓ ਸਾਹਮਣੇ ਗੋਲੂ ਕਬੱਡੀ ਪਾਉਣ ਦੇ ਵਾਸਤੇ ਵੱਧ ਆਏ ਆ ਸਮੁੰਦਰ ਕਾਹਦਾ ਇਸ ਖਿਡਾਰੀ ਦਾ ਕਿ ਵਾਰੀ ਵਰਸੀ ਖਟਣ ਗਿਆ ਸੀ ਖਟ ਕੇ ਲਿਆਂਦੀ ਫੱਟੀ ਗੁਲਾਬੂ ਨਿੱਕਾ ਜਿਹਾ ਮੈਂ ਮਾਝੇ ਦੀ ਜੱਟੀ ਗੁਲਾਬੂ ਨਿੱਕਾ ਜਿਹਾ ਲਓ ਸਮੁੰਦਰ ਕੱਦ ਦੇ ਵਿੱਚ ਪਈ ਕਬੱਡੀ ਆ ਹੈ ਨੌਜਵਾਨ ਵਕੀਲਾਂ ਵਾਲਾ ਪਿੰਡ ਹੈ ਲਓ ਸੁੱਖਾ ਨਾਮ ਹੈ ਇੱਕ ਸੁੱਖਾ ਪੰਡਾਲ ਦੋਨਾਂ ਵਾਲਾ ਜਿਹਨੇ ਸਭ ਤੋਂ ਮਹਿੰਗਾ ਜਫਾ ਲਾਇਆ 3 ਲੱਖ ਦਾ ਲਓ ਮੇਰੇ ਵੀਰੋ ਇੱਕ ਆ ਸੁੱਖਾ ਪਹਿਲਾਂ ਸੋਹਣ ਰੁੜਕੀ ਨੇ ਬੱਲੇ ਬੱਲੇ ਕਰਵਾਈ ਸੀ 2 ਲੱਖ ਦੇ ਜਫਾ ਲਾ ਕੇ ਫਿਰ ਸੁੱਖੇ ਪੰਡਾਲ ਨੇ 2.5 ਲੱਖ ਦਾ ਜਫਾ ਲਾਇਆ ਫਿਰ ਮੇਰੇ ਵੀਰਿਓ ਜਿਵੇਂ ਗੱਲ ਕਰੀਏ ਤੇ ਸੁੱਖੇ ਪੰਡਾਲ ਨੇ 3 ਲੱਖ ਦਾ ਜਫਾ ਲਾਇਆ ਬਹੁਤ ਬਹੁਤ ਧੰਨਵਾਦ ਹੈ ਗਗਨ ਮਲਕ ਕਬੱਡੀ ਪਾਰਿਆਂ ਤੇ ਕਹਿੰਦੇ ਗਗਨ ਦਾ ਅਗਲੇ ਸਾਲ ਮਨਜੀਤ ਸਿੰਘ ਬੇਟਾ ਸਮੁੱਚੀ ਹਾਕੀ ਸਪੋਰਟਸ ਕਲੱਬ ਵੱਲੋਂ ਕਹਿੰਦੇ ਬੁਲਟਰਾ ਸਨਮਾਨ ਪੁਆਇੰਟ ਭਾਵੀ ਦਾ ਵਾਹ ਗਗਨ ਨੌਜਵਾਨ ਹੈ ਗਗਨ ਦਾ ਬੁਲਟਰਾ ਸਨਮਾਨ ਹੋਵੇਗਾ ਬੇਟਾ ਜੀ ਐਲਾਨ ਕਰਵਾਉਂਦੇ ਤੇ ਗਗਨ ਕਹਿੰਦੇ ਪੁਆਇੰਟ ਲੱਗੇ ਬਾਬਾ ਜਾ ਰਿਹਾ ਚੱਲ ਵੀ ਗਗਨ ਪਾ ਕਬੱਡੀ ਇੱਧਰ ਵੀ ਗਗਨ ਤੇ ਉਧਰ ਵੀ ਗਗਨ ਕਿ ਜਿਹਨਾਂ ਡੋਗਰ ਮਾਰਿਆ ਮੌੜਾ ਰਹਿਣਾ ਨਕਰੀ ਫਿਰ ਜੱਗ ਉੱਤੇ ਜਾਣ ਦਾ ਸਾਡਾ ਕੋਈ ਹੱਕ ਨਹੀਂ ਕਰੂ ਸ਼ਰੀਕਾ ਟਿਚਰਾਂ ਜਿਹਨਾਂ ਪਾਰ ਬੁਲਾਇਆ ਬਦਲਾ ਲੈ ਲਈ ਸੋਹਣਿਆਂ ਦੇ ਮਾਂ ਦਾ ਜਾਇਆ ਬਦਲਾ ਲੈ ਲਈ ਸੋਹਣਿਆਂ ਦੇ ਮਾਂ ਦਾ ਜਾਇਆ ਗਰਬ ਦਾ ਬਿੱਲਾ ਕਹਿੰਦੇ ਇਸ਼ਾਰੇ ਕਰਦਾ ਵੀ ਪੁਆਇੰਟ ਧਾਵੀ ਦਾ ਮਾਨਕ ਦਾ ਪਿੰਡੂ ਹੈ ਕਹਿੰਦੇ ਗਗਨ ਬੱਬੂ ਦਾ ਪਿੰਡ ਹੈ ਜਨੇਰ ਦਾ ਪਿੰਡ ਰਪਿੰਦਰ ਵਰਗੇ ਮਸ਼ਹੂਰ ਬੁਲਾਰਾ ਦਾ ਪਿੰਡ ਹੈ ਤੇ ਕਹਿੰਦੇ ਬਬਲੀ ਰਾਮੇ ਵਾਲਾ ਮੇਰੇ ਵੀਰੋ ਚਾਰ ਜਾਫੀ ਤਿਆਰ ਸੁੱਖਾ ਤੇ ਨਾਲ ਨਿੱਕਾ ਤੇ ਵਿਚਕਾਰ ਪਿੰਡੀ ਦੇ ਕਹਿੰਦੇ ਅਬਰੂ ਜਨੇਤਪੁਰੀ ਆ ਮੇਰੇ ਵੀਰੋ ਕਿਹੜਾ ਲਾਵੇਗਾ ਜਫਾ ਬਬਲੀ ਦੀ ਕਬੱਡੀ ਤੇ ਲਓ ਸੁੱਖਾ ਮੇਰੇ ਵੀਰੋ ਕੋਸ਼ਿਸ਼ ਕਰਦਾ ਹੋਇਆ ਲਓ ਬਬਲੀ ਲਈ 100 ਦੇ ਸਨਮਾਨ ਪੁੱਜੇ ਆ ਮਨਜੀਤ ਸਿੰਘ ਜੀ ਬਿੱਟਾ ਉਹਨਾਂ ਦੇ ਵੱਲੋਂ ਬਬਲੀ ਲਈ 100 ਤੇ ਅੰਤਰ ਜਨੇਤਪੁਰੀ ਕਬੱਡੀ ਪਾਵੇਗਾ ਇੱਧਰ ਅੰਤਰ ਕਬੱਡੀ ਪਾ ਰਿਹਾ ਛੋਟੀ ਜਿਹੀ ਉਮਰ ਦਾ ਖਿਡਾਰੀ ਹੈ ਮੇਰੇ ਵੀਰੋ ਅੰਤਰ ਜਨੇਤਪੁਰੀ ਹੈ ਇਸ ਗੱਭਰੂ ਨੇ ਵੀ ਜਿਹੜਾ ਬਿੱਟਾ
ਕਿਤਾ ਮਲਕ ਕਹਿੰਦਾ ਵੀ ਜੇ ਅੰਤਰ ਨੂੰ ਜ਼ਫਾ ਲੱਗ ਗਿਆ ਤੇ 100 ਦੇ ਮਾਨ ਸਨਮਾਨ ਹੋਣਗੇ ਉਧਰ ਚਾਰ ਜਾਫੀ ਨੇ ਇਹ ਮੈਂ ਵੇਖ ਰਿਹਾ ਵੀ ਇੱਕ ਪਾਸੇ ਨਾਲ ਹੈਪੀ ਹੈ ਨਾਲ ਹਿੰਦ ਹੈ ਨਾਲ ਦੇਖਦੇ ਵੀ ਸਾਹਮਣੇ ਮੁਕਾਬਲਾ ਸਖਤ ਹੋ ਚੁੱਕਿਆ ਹੈ ਲਓ ਵੇਖੋ 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 ਪੁਆਇੰਟ ਬਿੱਲਾ ਇਹ ਆ ਬਿੱਲਾ ਗਗੜੇ ਵਾਲਾ 911 ਟਰੈਕਟਰ ਦਾ ਜੇਤੂ ਜਿਸ ਗੱਭਰੂ ਨੇ ਹੁਣ ਜ਼ਫਾ ਲਾਇਆ ਹੈ ਉਧਰ ਬਿੱਟਾ ਸਾਡਾ ਵੀਰ ਮਲਕ ਵਾਲਾ ਕਹਿੰਦਾ 100 ਰੁਪਇਆ ਬਿੱਲੇ ਗਗੜੇ ਵਾਲੇ ਵਾਸਤੇ ਬਹੁਤ ਬਹੁਤ ਧੰਨਵਾਦ ਹੈ ਪਹਿਲਾਂ ਥੋੜੀ ਮਿਸਟੇਕ ਹੋ ਗਈ ਕਿਉਂਕਿ ਲਾਈਟਾਂ ਜਿਹੜੀਆਂ ਪੈ ਰਹੀਆਂ ਔਰ ਸਾਹਮਣੇ ਦੇਖ ਰਹੇ ਹੈ ਮਾਫੀ ਚਾਹੁੰਦੇ ਹੈ ਕਿਉਂਕਿ ਬੰਦੇ ਤੋਂ ਗਲਤੀ ਹੋ ਜਾਂਦੀ ਹੈ ਉਧਰ ਹਿੰਦਾ ਸਿੰਘ ਰੇਟਰ ਜਿੰਨੇ ਵੀ ਪੁਆਇੰਟ ਪ੍ਰਾਪਤ ਕਰਨਗੇ ਹਰ ਇੱਕ ਰੇਟਰ ਕਿੰਨਾ ਵੱਲੋਂ ਜਗਜੀਤ ਸਿੰਘ ਜੀ ਦਿਓਲ ਉਹਨਾਂ ਦੇ ਵੱਲੋਂ ਗਗਨ ਮਲਕ ਉਹਨਾਂ ਦੇ ਲਈ 100 ਮੈਚ ਮੇਰਾ ਖਿਆਲ ਸਮਾਪਤ ਹੈ ਬੇਟਾ ਮਲਕ ਜੀ ਉਹਨਾਂ ਵੱਲੋਂ ਵੀ 100 ਬਾਬਾ ਜੀ ਸਮਾਪਦਾ ਜਾਂ ਨਹੀਂ ਠੀਕ ਹੈ ਜੀ 100-100 ਦੇ ਮਾਨ ਸਨਮਾਨ ਜਿਹੜੇ ਪੁੱਜਦੇ ਜਾ ਰਹੇ ਹੈ ਇਸ ਕਬੱਡੀ ਦੇ ਵੀ 100 ਦੀ ਗੱਲ ਹੋਵੇਗੀ ਮੇਰੇ ਵੀਰ ਕਹਿੰਦੇ ਗੋਲੂ ਗਗੜੇ ਦੀ ਧਰਤੀ ਦਾ ਕਬੱਡੀ ਪਾ ਰਿਹਾ ਹੈ ਚਾਰ ਜਾਫੀ ਤਿਆਰ ਨੇ ਮੇਰੇ ਪੰਜਾਬੀ ਵੀਰੋ ਹੈਪੀ ਮਲਕ ਦਾ ਖੜਾ ਤੇ ਨਾਲ ਕਹਿੰਦੇ ਵੱਡ ਖਾਣਾ ਤਲਵੰਡੀ ਵਾਲੋ ਉਹ ਬੱਲੇ 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 ਬਾਹਰ ਆ ਜਾਂਦਾ ਬਿੱਟੇ ਮਲਕ ਵੱਲੋਂ 100 ਮੇਰੇ ਵੀਰੋ ਜੇ ਤੇ ਵੱਡ ਖਾਣਾ ਜਾਫਾ ਲਾ ਦੇਵੇ ਬਿੱਟੇ ਮਲਕ ਵੱਲੋਂ 100 ਜੱਗਾ ਦਿਓਲ ਜੀ ਉਹਨਾਂ ਵੱਲੋਂ ਵੀ 100 ਦਾ ਮਾਨ ਸਨਮਾਨ ਲੱਗ ਗਿਆ ਜਫਾ ਯਾਰ ਉਹ ਧਾਵੇ ਗਿਆ ਡੱਗਿਆ ਚੜ ਗਿਆ ਨਸ਼ਾ ਜਿਹਨੇ ਸਾਰਾ ਕੁਝ ਤੱਕਿਆ ਇੱਧਰ ਵਾਕਈ ਜਿਹਨੇ ਇਸ ਜਫੇ ਨੂੰ ਤੱਕਿਆ ਉਹਨੂੰ ਸਵਾਦ ਬਹੁਤ ਆਇਆ ਹੋਵੇਗਾ ਜੇ ਤੇ ਮੈਚ ਦਾ ਸਵਾਦ ਆ ਰਿਹਾ ਇੱਕ ਵਾਰੀ ਤਾੜੀ ਜ਼ਰੂਰ ਮਾਰ ਦਿਓ ਲਓ ਸਾਹਮਣੇ ਬਬਲੀ ਆਹ ਨੌਜਵਾਨ ਬਾਜੀਆਂ ਪਾਉਂਦਾ ਹੈ ਇੱਧਰਲੇ ਪਾਸੇ ਵੇਖੋ ਰਾਮੇ ਵਾਲਾ ਉਧਰ ਚਾਰ ਜਾਫੀਆਂ ਵਿੱਚੋਂ ਅਮਰੂ ਹੈ ਨਾਲ ਸੁੱਖਾ ਮੇਰੇ ਵੀਰੋ ਲਓ ਸਾਹਮਣੇ ਵੇਖੋ ਵੀ ਕੀ ਫੈਸਲੇ ਇੱਧਰ ਗੱਭਰੂ ਲੱਤੀ ਲੱਗਿਆ ਪੈ ਗਿਆ ਪੰਗਾ ਸਖਤ ਵੱਜਦਿਆ ਪੰਪ ਇਹ ਨਿੱਕਾ ਇੱਕ ਪਾਸੇ ਨਿੱਕਾ ਔਰ ਦੂਸਰੇ ਪਾਸੇ ਬਬਲੀ ਔਰ ਪੁਆਇੰਟ ਜੋ ਹੈ ਇਸ ਸਮੇਂ ਜਾਫੀਆਂ ਦੇ ਵਾਸਤੇ ਹੈ ਆਹ ਨੌਜਵਾਨ ਜਲਾਲ ਦਾ ਜਲਾਲ ਟੀਮਾਂ ਦਾ ਇੱਕ ਇੱਕ ਪਲੇਅਰ ਸਾਡੇ ਕੋਲੇ ਪੁੱਜਿਆ ਵੀ ਤਾਂ ਜੋ ਮਾਇਆ ਦੇ ਗਫੇ ਬਾਅਦ ਚ ਕੋਈ ਭੁਲੇਖਾ ਨਾ ਬਜੇ ਕਿਸੇ ਖਿਡਾਰੀ ਪ੍ਰਤੀ ਮਾਇਆ ਦੇ ਗਫੇ ਸਾਰੇ ਪਲੇਅਰਾਂ ਨੂੰ ਬੇਨਤੀ ਹੈ ਦੋਨਾਂ ਟੀਮਾਂ ਦੇ ਇੱਕ ਖਿਡਾਰੀ ਲਵੀ ਮਲਕ ਵਾਲਿਆ ਉਹ ਪਲੇ ਉਹ ਬਾਹਰ ਨਾ ਜਾਣਾ ਕਹਿੰਦੇ ਬਿੱਲੇ ਨੇ ਲਾ ਜਫਾ ਆਪਣੀ ਟੀਮ ਲਈ ਬਣਨ ਦਾ ਵਾਅਦਾ ਕਰ ਦਿੱਤਾ ਇੱਧਰ ਬਿੱਲੇ ਨੇ ਜਫਾ ਲਾਇਆ ਬਿੱਲਾ ਯੂਰਪ ਖੇਡਿਆ ਇਟਲੀ ਵੀ ਖੇਡਿਆ ਤੇ ਬੜੇ ਤਕੜੇ ਜਫੇ ਲਾਏ ਯੂਰਪ ਦਾ ਬੈਸਟ ਰਿਹਾ ਤੇ ਨਾਟ ਗਿਆਰਾਂ ਦਾ ਜੇਤੂ ਹੈ ਮੇਰੇ ਵੀਰੇ ਔਰ ਸਾਹਮਣੇ ਵੇਖੋ ਇੱਧਰ ਗਗਨ ਗਗਨ ਨੇ ਡਰੌਲੀ ਦੀ ਧਰਤੀ ਦੇ ਵਿੱਚ ਤਕੜੀਆਂ ਕਬੱਡੀਆਂ ਬਾਣੀਆਂ ਸਨ ਲਓ ਸਾਹਮਣੇ ਵੇਖੋ ਆ ਨਾਲ ਦਾ ਪਿੰਡ ਬਿਲਕੁਲ 2 ਕਿਲੋਮੀਟਰ ਦੀ ਦੂਰੀ ਤੇ ਹੈ ਫਿਰ ਜਗਰਾਓ ਆ ਜਾਂਦੀ ਹੈ ਤੇ ਜਗਰਾਓ ਦੀ ਰੋਸ਼ਨੀ ਬੜੀ ਮਸ਼ਹੂਰ ਹੈ ਆਹ ਹੈ ਸੁੱਖਾ ਮੇਰੇ ਵੀਰੇ ਪੁਆਇੰਟ ਜੋ ਹੈ ਧਾਵੀ ਦਾ ਪੁਆਇੰਟ ਗਗਨ ਦਾ ਅੰਕ ਜਿਹੜਾ ਗਗਨ ਨੇ ਆਪਣੀ ਟੀਮ ਦੇ ਹਿੱਸੇ ਵਿੱਚ ਜੋੜ ਦਿੱਤਾ ਹੈ ਗਗਨ ਦੇ ਲਈ ਜੱਗਾ ਦਿਓਲ ਜੀ 100 ਦਾ ਮਾਨ ਸਨਮਾਨ ਜਿਹੜਾ ਪੁੱਜਦਾ ਕਰਦੇ ਹੈ ਜਿਹੜੀ ਟੀਮ ਮੈਚ ਲੂਜ਼ ਕਰੇਗੀ ਪੈਸੇ ਜੀ ਖੈਰਾ ਦੁਬਈ ਕਿੰਨਾ ਲਈ ਹੈ ਜੀ ਗਗਨ ਦੇ ਲਈ 100 ਲੈ ਵੀ ਗਗਨ ਦਾ ਵੀ 100 ਰੁਪਇਆ ਫੜ ਲੈ ਹੈਪੀ ਬਾਈ ਹਾਂਜੀ ਬਸੰਤ ਜੀ ਜਿਹੜੀ ਮੈਚ ਜਿੱਤਣ ਵਾਲੇ ਨੂੰ ਹਰ ਕੋਈ ਦਿੰਦਾ ਹੈ ਪਰ ਜਗਰਾਜ ਸਿੰਘ ਜੀ ਢਿੱਲੋਂ ਸਾਹਿਬ ਕਹਿੰਦੇ ਜਿਹੜੀ ਟੀਮ ਮੈਚ ਲੂਜ਼ ਕਰੂਗੀ ਉਹਦੇ ਵਾਸਤੇ 100 ਰੁਪਇਆ ਮੇਰੇ ਵੱਲੋਂ ਹੈ ਲਓ ਦਿਓਲ ਸਾਹਿਬ ਜਾਣ ਲੱਗਿਆਂ ਨੂੰ ਦੇ ਦੇਣਾ ਰਾਜੂ ਕਿਉਂਕਿ ਦੁਬਈ ਉਹ ਬੱਲੇ ਬੱਲੇ ਬੱਲੇ